ਪੰਜਾਬ ਦੇ ਸਿਆਸੀ ਧਰਾਤਲ ਤੇ ਪਟਿਆਲਾ ਦਾ ਸ਼ਾਹੀ ਘਰਾਣਾ ਹੁਣ ਹਾਸ਼ੀਏ ਉੱਪਰ ਹੈ। ਕੈਪਟਨ ਅਮਰਿੰਦਰ ਸਿੰਘ ਦੇ ਹੋਏ ਤਖਤਾ ਪਲਟ ਨੇ ਕੈਪਟਨ ਨੂੰ ਇੱਕ ਵਾਰ ਅਰਸ਼ ਤੋਂ ਫਰਸ਼ ਤੇ ਲਿਆ ਸੁਟਿਆ ਹੈ। ਜਿਸ ਕੈਪਟਨ ਦੀ ਕਦੇ ਪੰਜਾਬ ਵਿੱਚ ਧੂਤੀ ਬੋਲਦੀ ਸੀ, ਕੈਪਟਨ ਕਾਂਗਰਸ ਦਾ ਚਿਹਰਾ ਸਨ। ਉਹ ਕੈਪਟਨ ਅੱਜ ਬਿਖਰੇ ਪੈਂਡਿਆਂ ਦਾ ਰਾਹੀ ਬਣ ਚੁੱਕਿਆ ਹੈ। ਕੈਪਟਨ ਦਾ ਸਿਆਸੀ ਵजूद ਹਾਸ਼ੀਏ ਉੱਪਰ ਹੈ। ਵਕਤ ਬੜਾ ਬਲਵਾਨ ਹੈ ਪਰ ਕੈਪਟਨ ਲਈ ਸਿਆਸੀ ਉਤਰਾਚੜਾ ਦਾ ਦੌਰ ਨਵਾਂ ਨਹੀਂ ਹੈ। ਕਾਂਗਰਸ ਵੱਲੋਂ ਜਿੱਤ 80 ਦੇ ਦਹਾਕੇ ਵਿੱਚ ਪਹਿਲੀ ਵਾਰ ਸੰਸਦ ਦੀਆਂ ਬਰੂਹਾਂ ਲੰਗੇ ਫਿਰ ਆਪਰੇਸ਼ਨ ਵਲਯੂ ਸਟਾਰ ਦੇ ਵਿਰੋਧ ਵਿੱਚ ਅਸਤੀਫਾ ਦੇ ਕਾਂਗਰਸ ਛੱਡ ਦਿੱਤੀ ਅਕਾਲੀ ਦਲ ਵਿੱਚ ਗਏ ਆਪਣੀ ਪਾਰਟੀ ਬਣਾਈ ਪਰ ਫਿਰ ਕਾਂਗਰਸ ਵਿੱਚ ਵਾਪਸੀ ਕੀਤੀ 9.5 ਸਾਲ ਮੁੱਖ ਮੰਤਰੀ ਰਹੇ ਤੇ ਹੁਣ ਇੱਕ ਵਾਰ ਫਿਰ ਕੈਪਟਨ ਆਪਣੇ ਸਿਆਸੀ ਵजूद ਦੀ ਲੜਾਈ ਲੜਨ ਨੂੰ ਮਜਬੂਰ ਨੇ ਵਕਤ ਨੇ ਇੱਕ ਵਾਰ ਫਿਰ ਪੁੱਠਾ ਘੇੜ ਦੇ ਦਿੱਤਾ ਹੈ ਕੈਪਟਨ ਫਿਰ ਖਾਲੀ ਹੱਥ ਮੈਦਾਨ ਵਿੱਚ ਨੇ ਆਪਣੇ ਸਾਥ ਛੱਡ ਚੁੱਕੇ ਹੈ ਸਭ ਤੋਂ ਪਹਿਲਾਂ ਗੱਲ ਕੈਪਟਨ ਦੀ ਚੜਤ ਦੇ ਦੌਰ ਦੀ ਕਰੀਏ ਤਾਂ ਸਭ ਤੋਂ ਪਹਿਲਾਂ 1984 ਦੇ ਦੌਰ ਵਿੱਚ ਕੈਪਟਨ ਦਾ ਸ਼ਾਹ ਇਹ ਸ਼ਹਿਰ ਪਟਿਆਲਾ ਚ ਦਬਦਬਾ ਸੀ ਉਹ ਕਾਂਗਰਸ ਦੀ ਟਿਕਟ ਤੇ ਸੰਸਦ ਦੀ ਚੋਣ ਜਿੱਤੇ ਪਰ ਕਾਂਗਰਸ ਪਾਰਟੀ ਨਾਲ ਉਹਨਾਂ ਦੀ ਸਾਂਝ ਲੰਬੀ ਨਹੀਂ ਚਲੀ ਜੂਨ 1984 ਵਿੱਚ ਹਰਮੰਦਰ ਸਾਹਿਬ ਤੇ ਹੋਏ ਸਾਕਾ ਨੀਲਾ ਤਾਰਾ ਹਮਲੇ ਨੇ ਉਸਨੂੰ ਨਾ ਸਿਰਫ ਪੰਜਾਬ ਅਤੇ ਭਾਰਤੀ ਰਾਜਨੀਤੀ ਵਿੱਚ ਸਗੋਂ ਅੰਤਰਰਾਸ਼ਟਰੀ ਪੱਧਰ ਤੇ ਵੀ ਚਰਚਾ ਵਿੱਚ ਲਿਆ ਦਿੱਤਾ ਉਸਨੇ ਬਲੂ ਸਟਾਰ ਆਪਰੇਸ਼ਨ ਦੇ ਵਿਰੋਧ ਵਿੱਚ ਕਾਂਗਰਸ ਪਾਰਟੀ ਅਤੇ ਸੰਸਦ ਤੋਂ ਅਸਤੀਫਾ ਦੇਣ ਦਾ ਦਲੇਰਾਨਾ ਕਦਮ ਚੁੱਕਿਆ ਉਹ ਸਿਰਫ ਦੋ ਕਾਂਗਰਸੀ ਸੰਸਦ ਮੈਂਬਰਾਂ ਵਿੱਚੋਂ ਇੱਕ ਸਾਨ ਜਿਨ੍ਹਾਂ ਨੇ ਅਸਤੀਫਾ ਦਿੱਤਾ ਸੀ ਦੂਜੇ ਦਵਿੰਦਰ ਸਿੰਘ ਗਰਚਾ ਨੇ ਮੁਖਤੌਰ ਦੇ ਅਸਤੀਫਾ ਦੇ ਦਿੱਤਾ ਜਿਵੇਂ ਕਿ ਉਸ ਸਮੇਂ ਵਿਆਪਕ ਤੌਰ ਤੇ ਜਾਣਿਆ ਜਾਂਦਾ ਸੀ ਅਮਰਿੰਦਰ ਨੇ ਸਿਧਾਂਤਿਕ ਤੌਰ ਤੇ ਅਸਤੀਫਾ ਦੇ ਦਿੱਤਾ ਭਾਵੇਂ ਉਹਨਾਂ ਨੇ ਅਸਤੀਫਾ ਦੇਣ ਦੇ ਆਪਣੇ ਫੈਸਲੇ ਤੋਂ ਇਲਾਵਾ ਕੋਈ ਸਿਆਸੀ ਦ੍ਰਿਸ਼ਟੀਕੋਣ ਦੀ ਰੂਪਰੇਖਾ ਨਹੀਂ ਬਣਾਈ ਪਰ ਉਹਨਾਂ ਨੇ ਅਚਾਨਕ ਆਪਣੇ ਆਪ ਨੂੰ ਦੁਖੀ ਅਤੇ ਸਦਮੇ ਵਿੱਚ ਗ੍ਰਸਤ ਆਲਮੀ ਸਿੱਖ ਪਾਈਚਾਰੇ ਦਾ ਅਣਅਧਿਕਾਰਤ ਬੁਲਾਰਾ ਲੱਭ ਲਿਆ ਜੋ ਇਸ ਨਾਜ਼ੁਕ ਮੋੜ ਤੇ ਲੀਡਰਸ਼ਿਪ ਦਾ ਖਲਾਅ ਮਹਿਸੂਸ ਕਰ ਰਿਹਾ ਸੀ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਚ ਸ਼ਾਮਲ ਹੋ ਗਏ ਅਤੇ ਆਪਣੀ ਸਿਆਸੀ ਜੀਵਨ ਦੇ ਉਸ ਪੜਾਅ ਦੌਰਾਨ ਉਸ ਸਿੱਖ ਹਲਕਿਆਂ ਵਿੱਚ ਲੀਡਰ ਵਜੋਂ ਪ੍ਰਵਾਨਿਤ ਹੋਏ ਮਰਹੂਮ ਪ੍ਰੋਫੈਸਰ ਹਰਵੰਦ ਸਿੰਘ ਜਿਨ੍ਹਾਂ ਨੇ ਸਿਕਸ ਦੇ ਚਾਰ ਜ਼ਿਲਦਾਂ ਵਾਲੇ ਵਿਸ਼ਵ ਕੋਸ਼ ਦਾ ਸੰਕਲਨ ਕੀਤਾ ਸੀ ਉਹਨਾਂ ਨੇ ਅਮਰਿੰਦਰ ਨੂੰ ਇਤਿਹਾਸਿਕ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਅਧਿਆਇ ਲਿਖਣ ਦਾ ਸਰਦਾ ਦਿੱਤਾ ਉਸਨੇ ਮਤੇ ਦੀ ਜਾਣ ਪਛਾਣ ਲਿਖਣ ਦਾ ਵਧੀਆ ਕੰਮ ਕੀਤਾ ਅਤੇ ਮਤੇ ਦਾ ਬਹੁਤ ਹੀ ਸਮਰਥ ਅੰਗਰੇਜ਼ੀ ਅਨੁਵਾਦ ਪ੍ਰਦਾਨ ਕੀਤਾ ਐਨਸਾਈਕਲੋਪੀਡੀਆ ਦੀ ਹਰ ਐਂਟਰੀ ਸਤਾਈ ਮਹੱਤਤਾ ਦਾ ਦਸਤਾਵੇਜ਼ ਹੈ ਇਹ ਬਹੁਤੇ ਪੰਜਾਬੀ ਸਿਆਸਤਦਾਨਾਂ ਦੀ ਬૌਧਿਕ, ਰਾਜਨੀਤਿਕ ਅਤੇ ਨੈਤਿਕ ਕਮਜ਼ੋਰੀ ਦੀ ਨਿਸ਼ਾਨੀ ਹੈ ਕਿ ਅਮਰਿੰਦਰ ਨੇ ਹਾਲ ਹੀ ਵਿੱਚ ਮਤੇ ਦੀ ਆਲੋਚਨਾ ਕੀਤੀ। ਅਕਾਲੀ ਦਲ ਸਮੇਤ ਆਪਣੀ ਸਿਆਸੀ ਪਾਰਟੀ ਅਕਾਲੀ ਦਲ ਪੰਥਕ ਜ਼ਰੀਏ ਪੰਜਾਬ ਦੀ ਸਿਆਸਤ ਵਿੱਚ ਜ਼ੋਰ ਅਜਮਾਇਸ਼ ਦਰਮਿਆਨ ਕੈਪਟਨ ਬਾਦ ਵਿੱਚ ਕਾਂਗਰਸ ਪਾਰਟੀ 'ਚ ਮੁਰ ਸ਼ਾਮਲ ਹੋ ਗਏ ਸਨ ਅਤੇ ਜਦੋਂ ਉਸ ਦੀ ਰਾਜਨੀਤਿਕ ਪ੍ਰੋਫਾਈਲ ਵੱਧ ਰਹੀ ਸੀ ਤਾਂ ਉਸ ਦਾ ਇੱਕ ਹੋਰ ਵੱਡਾ ਕੰਮ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਉਸ ਨੇ ਦਰਿਆਈ ਪਾਣੀਆਂ ਦੇ ਐਕਟ ਨੂੰ ਰੱਦ ਕਰ ਦਿੱਤਾ ਸੀ ਪੰਜਾਬ ਵਿਧਾਨ ਸਭਾ ਵਿੱਚ ਉਹਨਾਂ ਦਾ ਇਹ ਦਲੇਰਾਨਾ ਕਦਮ ਸੀ ਜਿਸ ਨੇ ਕੈਪਟਨ ਮਜ਼ਬੂਤ ਆਗੂ ਵਜੋਂ ਸਥਾਪਿਤ ਕੀਤਾ ਕੈਪਟਨ ਨੂੰ ਕਾਂਗਰਸ ਦੇ ਅੰਦਰਲੀ ਧੜੇਬੰਦੀ ਨਾਲ ਉਲਝਣਾ ਪਿਆ ਕੈਪਟਨ ਦੀ ਅਗਵਾਈ ਵਿੱਚ 2012 ਚ ਕਾਂਗਰਸ ਹਾਰੀ ਤਾਂ ਨਰਾਜ਼ ਹਾਈ ਕਮਾਂਡ ਨੇ ਕੈਪਟਨ ਤੋਂ ਮੂੰ ਮੋੜ ਕਾਂਗਰਸ ਦੀ ਕਮਾਂਡ ਪ੍ਰਤਾਪ ਸਿੰਘ ਬਾਜਵਾ ਦੇ ਹੱਥ ਸੌਂਪ ਦਿੱਤੀ ਕੈਪਟਨ ਉਸ ਵਕਤ ਹਾਸ਼ੀਏ ਤੇ ਸੀ ਪਰ ਅੰਮ੍ਰਿਤਸਰ ਸੰਸਦੀ ਸੀਟ ਤੋਂ ਭਾਜਪਾ ਦੇ ਕਦਾਵਰ ਅਰੁਣ ਜੈਟਲੀ ਨੂੰ 2014 ਲੋਕ ਸਭਾ ਚੋਣਾਂ ਚ ਧੂੜ ਚਟਾ ਕੈਪਟਨ ਨੇ ਕੌਮੀ ਸਿਆਸਤ ਵਿੱਚ ਖੁਦ ਨੂੰ ਸਥਾਪਿਤ ਕੀਤਾ ਉਸ ਦੀ ਹਰਮਨ ਪਿਆਰਤਾ ਇੱਕ ਵਾਰ ਫਿਰ ਸਿਖਰ ਤੇ ਸੀ ਪਰ ਕੈਪਟਨ ਦੀ ਨਜ਼ਰ ਪੰਜਾਬ ਦੇ ਸੀਐਮ ਦੀ ਕੁਰਸੀ ਦੇ ਉੱਪਰ ਸੀ ਅੰਮ੍ਰਿਤਸਰ ਵਿੱਚ ਕੈਪਟਨ ਦੀ ਜਿੱਤ ਨੇ 2017 ਚ ਪੰਜਾਬ ਵਿਧਾਨ ਸਭਾ ਚੋਣਾਂ ਚ ਕਾਂਗਰਸ ਪਾਰਟੀ ਦੀ ਜਿੱਤ ਚ ਉਹਨਾਂ ਦੀ ਅਗਵਾਈ ਕਰਨ ਚ ਯੋਗਦਾਨ ਪਾਇਆ ਅਤੇ ਉਹ ਦੂਸਰੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਪਰ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨਾਲ ਸ਼ਰੀਕੇਬਾਜ਼ੀ ਸਮੇਤ ਕਰਤਾਰਪੁਰ ਸੇਫ ਕੋਰੀਡੋਰ ਖੋਲੇ ਜਾਣ ਦੇ ਫੈਸਲੇ ਨੂੰ ਸੁਰੱਖਿਆ ਦੇ ਮਸਲੇ ਨਾਲ ਜੋੜ ਆਲੋਚਨਾ ਕਰਨਾ ਤੇ ਖੁਦ ਨੂੰ ਰਾਸ਼ਟਵਾਦੀ ਲੀਡਰ ਸਾਬਤ ਕਰਨ ਦੀ ਦੌੜ ਦਰਮਿਆਨ ਕਦੇ ਆਪਰੇਸ਼ਨ ਬਲੂ ਸਟਾਰ ਵੇਲੇ ਅਸਤੀਫੇ ਅਤੇ ਪੰਜਾਬ ਦੇ ਪਾਣੀਆਂ ਦੇ ਹੱਕ 'ਚ ਹਿੱਕ ਟਾ ਕੇ ਖੜਨ ਵਾਲਾ ਕੈਪਟਨ ਪੰਜਾਬੀਆਂ ਨੂੰ ਬੇਗਾਨਾ ਲੱਗਣ ਲੱਗਾ ਅਫਸਰ ਸ਼ਾਹੀ ਅਤੇ ਢਿੱਲੀ ਪਕੜ ਸਮੇਤ ਪਾਰਟੀ ਵਿੱਚ ਮਜ਼ਬੂਤ ਅੰਦਰੂਨੀ ਬਗਾਵਤ ਨੇ ਕੈਪਟਨ ਨੂੰ ਇਸ ਕਦਰ ਲਾਚਾਰ ਕਰ ਦਿੱਤਾ ਕਿ ਹਾਈ ਕਮਾਂਡ ਨੇ ਕੈਪਟਨ ਨੂੰ ਬੜੀ ਆਸਾਨੀ ਨਾਲ ਬਾਹੋਂ ਫੜ ਤਖਤ ਤੋਂ ਲਾਂਬੇ ਕਰ ਦਿੱਤਾ ਪਿਛਲੇ ਕਰੀਬ 4 ਦਹਾਕਿਆਂ ਤੋਂ ਪੰਜਾਬ ਦੀ ਸਦ ਵਿੱਚ ਸਿਰ ਕੱਢ ਆਗੂ ਵਜੋ ਵਿਚਰੇ ਕੈਪਟਨ ਲੀ ਇਹ ਦੌਰ ਸਭ ਤੋਂ ਵੱਧ ਤਕਲੀਫ ਦੇ ਹੈ ਸੱਤਾ ਦੇ ਅਰਸ਼ ਤੋਂ ਕੈਪਟਨ ਹੁਣ فرش ਉੱਪਰ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ